ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਾਰਿਆਂ ਦਾ ਵੈਲਕਮ ਆ ਹੂਲ ਵਰਲਡ ਦੇ ਵਿੱਚ ਵੱਸਦੇ ਪੰਜਾਬੀਆਂ ਨੂੰ। ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ। ਅਤੇ ਅੱਜ ਹੀ ਗੱਲਬਾਤ ਆਪਾਂ ਲੇਟੈਸਟ ਜਿੰਨੀਆਂ ਅਪਡੇਟਸ ਲੈ ਕੇ ਤੁਹਾਡੇ ਨਾਲ ਫਿਰ ਦੁਬਾਰਾ ਜਿਹੜੇ ਹਾਜ਼ਰ ਹੋਏ ਹਾਂ। ਜੇਕਰ ਮੈਂ USA ਤੋਂ ਬਿਨਾਂ ਸਾਰੀਆਂ ਕੰਟਰੀਆਂ ਦੀ ਗੱਲ ਕਰਾਂ ਤਾਂ ਟੋਟਲ ਕੇਸਾਂ ਦੀ ਆਪਾਂ ਗੱਲ ਕਰੀਏ ਵਰਲਡ ਦੇ ਉੱਤੇ 16,04,736 ਕੇਸ ਆ ਜਿਹੜੇ ਹੋ ਚੁੱਕੇ ਆ। ਅਤੇ ਇੱਥੇ ਡੈਥ ਦੀ ਗੱਲ ਕਰਾਂ ਤਾਂ 95,736 ਆ ਵਰਲਡ ਮੈਟਰ ਦੇ ਅਨੁਸਾਰ। 356,671 ਬੰਦਾ ਜਿਹੜਾ ਰਿਕਵਰ ਵੀ ਹੋ ਚੁੱਕਿਆ, ਤਕਰੀਬਨ 3.5 ਲੱਖ ਬੰਦਾ ਰਿਕਵਰ ਹੋ ਗਿਆ ਵਾ। ਇਹ ਵੀ ਇੱਕ ਵਧੀਆ ਜਿਹੜੀ ਗੁੱਡ ਅਪਡੇਟ ਹੁੰਦੀ ਆ। ਉਹ ਤੋਂ ਬਾਅਦ ਜੇਕਰ ਹੁਣ ਆਪਾਂ ਗੱਲ ਕਰੀਏ ਜੀ ਇਹਨਾਂ ਦੀ ਮੇਨ ਕੰਟਰੀਆਂ ਦੀ ਗੱਲ ਕਰਾਂ ਤਾਂ USA ਦਾ ਜੇਕਰ 4,68,887 ਕੇਸ ਆ ਜਿਹੜੇ, ਠੀਕ ਹੈ, ਅਤੇ 16,697 ਜਿਹੜੀਆਂ ਡੈਥ ਹੋ ਚੁੱਕੀਆਂ ਹੈ। ਸਪੇਨ 153,000 ਆ ਅਤੇ ਇੱਥੇ 15,447 ਡੈਥ ਹੋ ਚੁੱਕੀਆਂ ਨੇ। ਸਭ ਤੋਂ ਜ਼ਿਆਦਾ ਡੈਥ ਇਟਲੀ ਦੇ ਵਿੱਚ ਹੋਈਆਂ ਨੇ। ਇੱਥੇ ਕੇਸ ਭਾਵੇਂ 1,43,000 ਦੱਸ ਰਹੇ ਨੇ ਇਹ, ਪਰ ਜਿਹੜੇ ਡੈਥਸ ਆ ਉਹ 18,279 ਆ। ਉਹ ਤੋਂ ਬਾਅਦ USA ਹੋ ਚੁੱਕਿਆ, ਤੀਜੇ ਨੰਬਰ 'ਤੇ ਸਪੇਨ ਹੋ ਗਿਆ। ਉਹ ਤੋਂ ਬਾਅਦ ਜੇਕਰ ਗੱਲ ਕਰਾਂ ਫਰਾਂਸ ਦੀ ਵੀ, ਕਾਫ਼ੀ ਜ਼ਿਆਦਾ ਜਿਹੜੇ ਕੇਸ ਡੈਥ ਰੇਸ਼ੂ ਵਧੀ ਹੈ, 1,17,000 ਕੇਸ ਆ, 12,210 ਡੈਥ ਆ ਇੱਥੇ, ਠੀਕ ਹੈ। ਉਹ ਤੋਂ ਬਾਅਦ ਜੇਕਰ UK ਦੀ ਗੱਲ ਕਰਾਂ ਤਾਂ 65,077 ਕੇਸ ਆ, 7,978 ਜਿਹੜੇ ਡੈਥ ਜਿਹੜੀਆਂ ਹੋ ਚੁੱਕੀਆਂ ਹੈ। ਉਹ ਤੋਂ ਬਾਅਦ ਜੇਕਰ ਕੈਨੇਡਾ ਦੀ ਗੱਲ ਕਰਾਂ ਤਾਂ ਕੈਨੇਡਾ ਦੇ ਵਿੱਚ ਵੀ ਜੇਕਰ 20,765 ਆ ਅਤੇ 509 ਜਿਹੜੀਆਂ ਡੈਥ ਹੋ ਚੁੱਕੀਆਂ ਨੇ। ਪੁਰਤਗਾਲ ਦੇ ਵਿੱਚ 13,956 ਅਤੇ 409 ਜਿਹੜੀਆਂ ਡੈਥ ਹੋ ਚੁੱਕੀਆਂ ਨੇ। ਇਹ ਤੋਂ ਬਾਅਦ ਜੇਕਰ ਇੰਡੀਆ ਦੀ ਗੱਲ ਕਰਾਂ ਤਾਂ, ਭਾਰਤ ਦੀ ਗੱਲ ਕਰਾਂ ਤਾਂ 6,725 ਕੇਸ ਹੋ ਚੁੱਕੇ ਆ ਜੀ, 227 ਜਿਹੜੀਆਂ ਡੈਥ ਹੋ ਚੁੱਕੀਆਂ ਨੇ। ਆਸਟ੍ਰੇਲੀਆ ਦੀ ਗੱਲ ਕਰਾਂ ਤਾਂ 6,152 ਕੇਸ ਆ ਚੁੱਕੇ ਆ, 53 ਡੈਥ ਹੋ ਚੁੱਕੀਆਂ ਨੇ। ਹੌਲੀ ਹੌਲੀ ਸਾਰੀਆਂ ਕੰਟਰੀਆਂ ਦੇ ਵਿੱਚ ਇਹ ਜਿਹੜੀ ਚੀਜ਼ ਆ ਪੈਰੇ ਜਿਹੜੇ ਆਪਣੇ ਪਸਾਰ ਰਹੀ ਆ। ਇੱਕ ਕਮੈਂਟ ਆਇਆ ਸੀ ਰੋਮੀਨੀਆ ਦਾ, ਤਾਂ ਰੋਮੀਨੀਆ ਦਾ 5,202 ਹੈ ਜੀ, 5,502 ਆ, ਅਤੇ 248 ਡੈਥ ਜਿਹੜੀਆਂ ਹੋ ਚੁੱਕੀਆਂ ਨੇ, ਠੀਕ ਹੈ। ਮੈਕਸੀਕੋ ਦੇ ਵਿੱਚ 3,441 ਆ ਅਤੇ 196 ਡੈਥ ਜਿਹੜੀਆਂ ਹੋ ਚੁੱਕੀਆਂ ਨੇ। ਚਲੋ ਅੱਗੇ ਆਪਾਂ USA ਦਾ ਮੇਨ ਡਾਟੇ ਦੀ ਗੱਲ ਕਰਦੇ ਹਾਂ। ਜੇਕਰ ਆਪਾਂ USA ਦਾ ਅੱਜ ਦਾ ਡਾਟਾ ਦੇਖਦੇ ਹਾਂ ਵੀ USA ਦਾ ਡਾਟਾ ਜਿਹੜਾ ਕੀ ਕਹਿ ਰਿਹਾ। ਸਭ ਤੋਂ ਪਹਿਲਾਂ ਜੇਕਰ USA ਦੇ ਵਿੱਚ 4,68,887 ਜਿਹੜੇ ਕੇਸ ਆ ਜਿਹੜੇ ਹੋ ਚੁੱਕੇ ਆ, ਜਿਹਦੇ ਵਿੱਚੋਂ ਡੈਥ 16,697 ਆ, ਰਿਕਵਰ 25,928 ਆ। ਨਿਊਯੋਰਕ ਦੀ ਗੱਲ ਕਰਾਂ ਤਾਂ 1,61,504, 7,000 ਪਲੱਸ ਜਿਹੜੀਆਂ ਡੈਥ ਜਿਹੜੀਆਂ ਹੋ ਚੁੱਕੀਆਂ ਨੇ। ਨਿਊਜਰਸੀ 5,127 ਕੇਸ ਆ, ਨਿਊਜਰਸੀ ਵੀ ਕਾਫ਼ੀ ਜਿਹੜਾ ਜ਼ਿਆਦਾ ਕੇਸ ਜਿਹੜੇ ਵੱਧ ਰਹੇ ਨੇ, 1,700 ਇੱਥੇ ਡੈਥਸ ਨੇ। ਮਿਸ਼ੀਗਨ 21,504 ਆ ਜੀ, 1,076 ਡੈਥ ਹੈ। ਕੈਲੀਫੋਰਨੀਆ ਵੀ ਕੇਸ ਵੱਧ ਰਹੇ ਨੇ, 20,204 ਆ, 559 ਜਿਹੜੀਆਂ ਡੈਥ ਹੋ ਚੁੱਕੀਆਂ ਨੇ। ਪੈਨਸਲਵੇਨੀਆ ਵੀ ਕਾਫ਼ੀ ਹਾਈਲਾਈਟ ਹੋਇਆ ਜੀ, ਇੱਥੇ ਵੀ ਕਾਫ਼ੀ ਕੇਸ ਵਧੇ ਨੇ, ਇੱਥੇ 18,546 ਕੇਸ ਜਿਹੜੇ ਵੱਧ ਚੁੱਕੇ ਆ, 360 ਜਿਹੜੀਆਂ ਡੈਥ ਹੋ ਗਈਆਂ। ਅਤੇ ਲੂਜ਼ੀਆਨਾ 18,283 ਆ, 702 ਡੈਥ ਹੋ ਚੁੱਕੀਆਂ ਨੇ। ਟੈਕਸਸ 11,426 ਆ, ਜਾਰਜੀਆ 10,885 ਆ, ਕਨੈਕਟੀਕਟ 9,784 ਆ, ਵਾਸ਼ਿੰਗਟਨ 9,740 ਆ, ਕਲੋਰਾਡੋ 6,202 ਆ, ਉਹੀਓ ਦੇ ਵਿੱਚ 5,512 ਹੈ। ਉੱਤਰੀ ਕੈਰੋਲੋਨੀਆ ਦੇ ਵਿੱਚ ਜਾਂ ਨੌਰਥ ਕੈਰੋਲੋਨੀਆ ਦੇ ਵਿੱਚ ਕੋਲਾਈਨਾ 3,823 ਹੈ ਜੀ, ਐਰੀਜ਼ੋਨਾ 3,018। ਅਤੇ ਇਹਤੋਂ ਬਿਨਾਂ ਜੇਕਰ ਹੋਰ ਜਿਹੜੇ ਕਮੈਂਟਸ ਆਉਂਦੇ ਨੇ ਮੈਂ ਉਹਨਾਂ ਬਾਰੇ ਤੁਹਾਨੂੰ ਦੱਸ ਦਿੰਦਾ ਜਿਹੜੇ ਮੇਨ ਹੁੰਦੇ ਆ। ਅਤੇ ਜੇਕਰ ਗੱਲ ਕਰਾਂ ਇੱਥੇ ਹੁਣ ਆਪਾਂ ਜਿਹੜਾ ਮੇਨ ਅਲਾਸਕਾ ਤੋਂ ਆਉਂਦਾ ਜੀ, 235 ਅਲਾਸਕਾ ਦੇ ਵਿੱਚ, ਠੀਕ ਹੈ। ਅਤੇ ਇੱਕ ਜਿਹੜਾ ਕਮੈਂਟ ਆ ਨਿਵਾੜਾ ਤੋਂ ਵੀ ਆਉਂਦਾ ਹੁੰਦਾ ਜੀ, ਨਿਵਾੜਾ ਦਾ ਜਿਹੜਾ 2,456, ਠੀਕ ਹੈ ਜੀ, ਨਿਵਾੜਾ 2,456 ਜਿਹੜਾ ਡਾਟਾ ਨਿਵਾੜਾ ਦਾ ਵਾ। ਇਹ ਤੋਂ ਬਾਅਦ ਅੱਗੇ ਆਪਾਂ ਮੇਨ ਅਪਡੇਟ ਵੱਲ ਜਿਹੜਾ ਚੱਲਦੇ ਹਾਂ, ਹੋਪਫੁਲੀ ਤੁਸੀਂ ਸਾਰੇ ਵਧੀਆ ਹੋਵੋਗੇ। ਪਹਿਲਾਂ ਗੱਲਬਾਤ ਕਰਾਂ ਤਾਂ ਜਿਹੜਾ ਅਮਰੀਕਾ ਦਾ ਜਿਹੜਾ
ਮੈਕਸੀਕੋ ਵਾਲਾ ਜਿਹੜਾ ਬਾਰਡਰ ਆ, ਦੱਸਿਆ ਜਾ ਰਿਹਾ ਵੀ ਉੱਥੋਂ ਜੇਕਰ ਕੋਈ ਬੰਦਾ ਕ੍ਰੋਸ ਕਰਕੇ ਆ ਰਿਹਾ ਵੀ ਉਹ ਟਰੰਪ ਐਡਮਿਨਿਸਟ੍ਰੇਸ਼ਨ ਨੇ ਜਿਹੜਾ ਕਰੋਨਾ ਵਾਇਰਸ ਕਰਕੇ ਜਿਹੜਾ ਬਿਲਕੁਲ ਬੰਦ ਕਰ ਦਿੱਤਾ, ਉਹਨੂੰ ਘੰਟੇ ਦੋ ਘੰਟੇ ਦੇ ਵਿੱਚ ਵਾਪਸ ਜਿਹੜਾ ਡਿਪੋਰਟ ਜਿਹੜਾ ਕਰ ਦਿੱਤਾ ਜਾਂਦਾ, ਜਿਹੜੀ ਪਨਾਹ ਜਿਹੜੀ ਮਤਲਬ ਜਾਂ ਅਸਾਲਮ ਜਿਹੜੀ ਅਪਲਾਈ ਕਰਨ ਦੇ ਲਈ ਉਹਨੂੰ ਜਿਹੜਾ ਆਪਸ਼ਨ ਨਹੀਂ ਦਿੱਤਾ ਜਾ ਰਿਹਾ, ਕਿਉਂਕਿ ਕਰੋਨਾ ਵਾਇਰਸ ਦਾ ਇਫੈਕਟ ਆ ਜਿਹੜਾ ਬਾਰਡਰ ਪੈਟਰੋਲਸ ਦਾ ਹੋਰ ਵੀ ਜਿਹੜਾ ਫੈਲ ਸਕਦਾ, ਇਹਦੇ ਕਰਕੇ ਜਿਹੜਾ ਇਹ ਸਸਪੈਂਡ ਕੀਤਾ ਗਿਆ। ਇਹ ਡਾਕਟਰ ਜਿਹੜੇ ਫੋਸੀ ਹੈ ਜੀ, ਇਹਨਾਂ ਨੇ ਕਿਹਾ ਗਿਆ ਵੀ ਸਮਾਜਿਕ ਦੂਰੀਆਂ ਨਾਲ ਜਿੱਦਾਂ ਸੋਸ਼ਲ ਡਿਸਟੈਂਸਿੰਗ ਕਰ ਰਹੇ ਹਾਂ ਤਾਂ ਇਹ ਚੀਜ਼ਾਂ ਜਿਹੜੀਆਂ ਹੌਲੀ ਹੌਲੀ ਜਿਹੜਾ ਕੇਸਿਸ ਆ ਜਿਹੜੇ ਘੱਟ ਜਾਣੇ ਨੇ ਹੌਲੀ ਹੌਲੀ, ਜਿਹੜੀ ਇਹ ਫਿਊਚਰ ਦੇ ਵਿੱਚ ਜਿਹੜੀ ਜੇਕਰ ਇਹ ਲੋਕ ਇਹਨੂੰ ਫੋਲੋ ਕਰਨਗੇ ਜਿਹੜੇ ਗੌਰਮੈਂਟ ਨੇ ਲਾ ਨੇ, ਤਾਂ ਇਹ ਚੀਜ਼ਾਂ ਫਿਊਚਰ ਦੇ ਵਿੱਚ ਬਹੁਤ ਜ਼ਿਆਦਾ ਘੱਟ ਜਾਣਗੀਆਂ। ਅੱਗੇ ਜਿਹੜਾ ਕਿਹਾ ਗਿਆ ਵੀ ਕਹਿੰਦੇ ਟਰੰਪ ਜਿਹੜੇ ਡੋਨਲਡ ਟਰੰਪ ਪ੍ਰੈਜ਼ੀਡੈਂਟ ਆ ਜਿਹੜੇ ਅਮੈਰੀਕਨ, ਉਹਨਾਂ ਨੇ ਕਿਹਾ ਕਹਿੰਦਾ ਵੀ 20 ਲੱਖ ਤੋਂ ਬੰਦੇ ਦਾ ਵੱਧ ਦਾ ਟੈਸਟ ਜਿਹੜਾ ਅਸੀਂ ਅਮੈਰੀਕਾ ਦੇ ਵਿੱਚ ਕਰ ਚੁੱਕੇ ਹਾਂ, 2 ਮਿਲੀਅਨ ਪਲੱਸ ਜਿਹੜੇ ਟੈਸਟ ਜਿਹੜੇ ਹੋ ਚੁੱਕੇ ਆ, ਜਿਹੜੇ ਕਿਸੇ ਵੀ ਕੰਟਰੀ ਨਾਲੋਂ ਜ਼ਿਆਦਾ ਨੇ, ਅਤੇ ਸਾਡੀ ਜਿਹੜੀ ਰਿਕਵਰ ਆ ਜਾਂ ਸਾਡੀ ਜਿਹੜੀਆਂ ਸਹੂਲਤਾਂ ਹੋਰ ਕੰਟਰੀਆਂ ਨਾਲੋਂ ਅਸੀਂ ਫਾਸਟ ਜਿਹੜਾ ਕੰਮ ਕਰ ਰਹੇ ਹਾਂ। ਇਹ ਤੋਂ ਬਿਨਾਂ 6.6 ਮਿਲੀਅਨ ਬੰਦੇ ਨੇ ਜੀ ਬੇਰੁਜ਼ਗਾਰੀ ਜਾਂ ਅਨਇੰਪਲਾਇਮੈਂਟ ਫਾਈਲ ਕਰਤੀ ਆ। 6 ਮਿਲੀਅਨ ਤੁਸੀਂ ਲਾ ਲਓ ਵੀ 60 ਲੱਖ ਬੰਦਾ ਹੋ ਜਾਂਦਾ, ਅਤੇ 66 ਲੱਖ ਬੰਦੇ ਨੇ ਅਨਇੰਪਲਾਇਮੈਂਟ ਬੇਰੁਜ਼ਗਾਰੀ ਜਿਹੜੀ ਅਪਲਾਈ ਕਰ ਦਿੱਤੀ ਆ। ਤੁਹਾਨੂੰ ਪਤਾ ਹੀ ਆ ਡੇ ਬਾਈ ਡੇ ਲੋਕਾਂ ਦੇ ਲੋਕਡਾਊਨ ਹੋ ਕਰਕੇ ਜਿਹੜੇ ਕੰਮ ਆ ਜਿਹੜੇ ਉਹ ਬੰਦ ਹੋ ਗਏ ਨੇ, ਇਹ ਵੀ ਜਿਹੜੀ ਬੇਰੁਜ਼ਗਾਰੀ ਦੀ ਸਮੱਸਿਆ ਵੀ ਅਨਇੰਪਲਾਇਮੈਂਟ ਲੋਕਾਂ ਨੇ ਜਿਹੜੇ $1200 ਆ ਜਾਂ $600 ਆ ਜਿਹੜੇ ਉਹਦੇ ਲਈ ਲੋਕਾਂ ਨੇ ਜਿਹੜੇ 6 ਮਿਲੀਅਨ ਬੰਦੇ ਨੇ ਜਿਹੜਾ ਅਨਇੰਪਲਾਇਮੈਂਟ ਜਿਹੜੀ ਫਾਈਲ ਕਰ ਦਿੱਤੀ ਆ। ਜੇਕਰ ਵਾਈਟ ਹਾਊਸ ਦੇ ਵੱਲ ਆਪਾਂ ਜਾਈਏ ਤਾਂ ਵਾਈਟ ਹਾਊਸ ਦੇ ਜਿਹੜੇ ਅੰਕੜਿਆਂ ਦੇ ਅਨੁਸਾਰ ਜਿਹੜੇ ਟੈਸਟ ਆ ਸਭ ਤੋਂ ਜ਼ਿਆਦਾ 25 ਸਾਲ ਤੋਂ ਘੱਟ ਵਾਲਿਆਂ ਨੂੰ ਜਿਹੜਾ 11% ਜਿਹੜੇ ਬੰਦੇ ਆਏ ਆ, 25 ਤੋਂ 45 17% ਆਏ ਆ, ਕਹਿੰਦੇ 45 ਤੋਂ 65 21% ਬੰਦੇ ਆਏ ਆ, 65 ਤੋਂ 85 22% ਆ, 85+ 24 ਮਤਲਬ ਏਜ ਦੇ ਹਿਸਾਬ ਨਾਲ ਜਿਹੜੇ ਵੱਧ ਰਹੇ ਨੇ। ਇਹੀ ਚੀਨ ਅਤੇ ਇਟਲੀ ਦੇ ਵਿੱਚ ਵੀ ਇੱਦਾਂ ਹੀ ਜਿਹੜਾ ਹੋਇਆ ਸੀ। ਉਹ ਤੋਂ ਬਾਅਦ ਨਿਊਯਾਰਕ ਅਤੇ ਜਿਹੜਾ ਪੈਨਸਲਵੇਨੀਆ ਇਹਦੇ ਵਿੱਚ ਕਾਫੀ ਜ਼ਿਆਦਾ ਜਿਹੜੀਆਂ ਕੇਸਾਂ ਦੇ ਵਿੱਚ ਗਰੋਥ ਹੋਈ ਆ ਅਤੇ ਡੈਥ ਰੇਸ਼ੋ ਵੀ ਇੱਥੇ ਕਾਫੀ ਜ਼ਿਆਦਾ ਵਧਿਆ ਵਾ। ਉਹ ਤੋਂ ਬਾਅਦ ਗੱਲ ਜੇਕਰ ਕੈਲੀਫੋਰਨੀਆ ਦੀ ਕਰਾਂ ਤਾਂ ਰਿਵਰ ਸਾਈਡ ਜਿਹੜੀ ਕਾਉਂਟੀ ਆ, ਰਿਵਰ ਸਾਈਡ ਕਾਉਂਟੀ ਆ, ਇਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਕੇਸ ਆ ਕੈਲੀਫੋਰਨੀਆ ਦੇ ਵਿੱਚ ਦੇਖੇ ਗਏ ਆ, ਤਾਂ ਇਹਦੇ ਵਿੱਚ 11,000+ ਕੇਸ ਆ ਅਤੇ 32 ਮੌਤਾਂ ਜਿਹੜੀਆਂ ਹੋ ਚੁੱਕੀਆਂ। ਲੂਜ਼ੀਆਨਾ ਦੀ ਗੱਲ ਕਰਾਂ ਤਾਂ ਲੂਜ਼ੀਆਨਾ ਦਾ ਇੱਕ ਸੰਸਦ ਮੈਂਬਰ ਦੀ ਵੀ ਜਿਹੜੀ ਇਹਦੇ ਨਾਲ ਜਿਹੜੀ ਡੈਥ ਜਿਹੜੀ ਹੋ ਗਈ ਆ, ਜਿਹੜੀ ਇਹ ਸਮੱਸਿਆ ਜਿਹੜੀ ਚੱਲ ਰਹੀ ਆ, ਉਹਦੇ ਜਿਹੜਾ ਪੁੱਤਰ ਆ ਉਹਨੇ ਸਾਰੀ ਡਿਟੇਲ ਇਹਦੀ ਦੱਸੀ ਸੀਗੀ। ਠੀਕ ਹੈ, ਇਹ ਸੀਗੀਆਂ ਜੀ ਸਾਰੀਆਂ ਅੱਜ ਦੀਆਂ ਅਪਡੇਟ। ਚੰਗਾ ਜੀ, ਸਤਿ ਸ਼੍ਰੀ ਅਕਾਲ।